ਤੇ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਹੰਟਰ ਦੋਸਤੋ ਜਿਵੇਂ ਕਿ ਦੋ ਬੱਚੇ ਦੋ ਭੈਣ ਭਰਾ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਾਫੀ ਵਾਇਰਲ ਹੋਏ ਨੇ ਅਤੇ ਉਹਨਾਂ ਦੀ ਮਦਦ ਕਰਨ ਵਾਸਤੇ ਕਾਫੀ ਜਿਹੜੇ ਹੱਥ ਨੇ ਉਹ ਅੱਗੇ ਆਏ ਨੇ ਕਾਫੀ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਸੋ ਉਸੇ ਵਿਸ਼ੇ ਦੇ ਵਿੱਚ ਅੱਜ ਅਸੀਂ ਉਹਨਾਂ ਦੇ ਘਰੇ ਉਹਨਾਂ ਦੇ ਸ਼ਹਿਰ ਉਹਨਾਂ ਦੇ ਪਿੰਡ ਪਹੁੰਚੇ ਹੋਏ ਹਾਂ ਜੀ ਸਰਦੂਰਗੜ ਵਿਖੇ ਸੋ ਉਸ ਪਰਿਵਾਰ ਦੇ ਨਾਲ ਉਹਨਾਂ ਬੱਚਿਆਂ ਦੇ ਨਾਲ ਤੇ ਜਿਹੜਾ ਅਰਦਾਸ ਚੈਰੀਟੇਬਲ ਟਰਸਟ ਜਿਹੜਾ ਉਹਨਾਂ ਦੀ ਮਦਦ ਕਰ ਰਿਹਾ ਜਿਨ੍ਹਾਂ ਨੇ ਇਹ ਪਹਿਲ ਕੀਤੀ ਹੈ ਉਹ ਵੀ ਵੀਰ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਘਰ ਦੇ ਬਾਰੇ ਵੀ ਗੱਲਬਾਤਾਂ ਕਰਾਂਗੇ ਕਿੱਥੇ ਤੱਕ ਇਸ ਦੀ ਉਸਾਰੀ ਕੀਤੀ ਜਾਊਗੀ ਜਾਂ ਕਿੰਨੇ ਕ ਬੱਚਿਆਂ ਲਈ ਮਦਦ ਆਈ ਕਿੰਨੇ ਕ ਆ ਰਹੀ ਹੈ ਕਿੱਥੋਂ ਕਿੱਥੋਂ ਫ ਤੁਸੀਂ ਸਾਰਾ ਦੇਖ ਹੀ ਚੁੱਕੇ ਹੋ ਜਾਣ ਹੀ ਚੁੱਕੇ ਹੋ ਥੋੜੀ ਜਿਹੀ ਅੱਗੇ ਦੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਇਸ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਆਓ ਫਿਰ ਕਰਦੇ ਆ ਜੀ ਗੱਲਬਾਤ ਕਰਨਵੀਰ ਜੀ ਜਿਹੜਾ ਔਖਾ ਸਮਾਂ ਸੀ ਉਹ ਲੰਘ ਚੁੱਕਿਆ ਹੈ ਨਾ ਪ੍ਰਮਾਤਮਾ ਨੇ ਇੱਕ ਵਧੀਆ ਦਾਤ ਕਰ ਦਿੱਤੀ ਹੈ ਇੱਕ ਬਹੁਤ ਵਧੀਆ ਤੁਹਾਡੇ ਲਈ ਉਪਰਾਲਾ ਕੀਤਾ ਵੀਰ ਜੀ ਇੱਥੇ ਆ ਜਾਓ ਇੱਥੇ ਆ ਜਾਓ ਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਨਾ ਤੁਹਾਡੀ ਜਿਹੜੀ ਅਰਦਾਸ ਹੈ ਪ੍ਰਮਾਤਮਾ ਨੇ ਬੜੀ ਨੇੜੇ ਹੋ ਕੇ ਸੁਣੀ ਹੈ ਕਿਵੇਂ ਦਾ ਲੱਗ ਰਿਹਾ ਹੈ ਕਿਉਂਕਿ ਔਖਾ ਟਾਈਮ ਲੰਘਿਆ ਹੈ ਨਾ ਹੁਣ ਵਧੀਆ ਜਿਹੜਾ ਟਾਈਮ ਆਇਆ ਕਿਵੇਂ ਲੱ ਹਾਂਜੀ ਤੇ ਹੁਣ ਅੱਗੇ ਪਹਿਲਾਂ ਜਿਹੜੇ ਦੁੱਖ ਸੀਗੇ ਉਹ ਥੋੜੇ ਜੇ ਬਿਸਰਦੇ ਹੋਏ ਭੁੱਲਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਵੀ ਹੁਣ ਤਾਂ ਇਹ ਅੰਕਲ ਜੀ ਦੀ ਕਿਰਪਾ ਨਾਲ ਕੋਈ ਵੀ ਦੁੱਖ ਨਹੀਂ ਆ ਗਾ ਠੀਕ ਹੈ ਜੀ ਚਲੋ ਬਹੁਤ ਵਧੀਆ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਰਦਾਸ ਅਰਦਾਸ ਸੁਸਾਇਟੀ ਕਲੱਬ ਦੇ ਮੈਂਬਰ ਨੇ ਜੀ ਇਹ ਇਹਨਾਂ ਦਾ ਬਹੁਤ-ਬਹੁਤ ਜਿਹੜਾ ਧੰਨਵਾਦ ਕਿਉਂਕਿ ਇਹਨਾਂ ਨੇ ਪਹਿਲ ਕੀਤੀ ਸੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਕਰਨ ਇੱਕ ਤੁਹਾਡੀ ਦਵਾਈ ਚੱਲ ਰਹੀ ਹੈ ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕੀ ਗੱਲਬਾਤ ਹੈ ਪੁੱਤ ਉਹ ਤਾਂ ਹੀ ਦਿਲ ਦੀ ਧੜਕਨ ਵਾਦੀ ਆਂਦੀ ਹੈ ਕਬਰੀ अच्छा ते ਹੁਣ ਤੁਹਾਨੂੰ ਕੋਈ ਖੜਨ ਚ ਪ੍ਰੋਬਲਮ ਆ ਰਹੀ ਹੈ ਕੋਈ ਹਾਂਜੀ ਬਾੜਾ ਖੜਾ ਨਹੀਂ ਜਾਂਦਾ ਅੱਛਾ ਕੋਈ ਗੱਲ ਨਹੀਂ ਪੁੱਤਰ ਤੁਸੀਂ ਚਲੇ ਜਾਓ ਅਸੀਂ ਪੂਜਾ ਨਾਲ ਗੱਲਬਾਤ ਕਰ ਲੈਂਦੇ ਹਾਂ ਦੋਸਤੋ ਥੋੜੀ ਜੀ ਪ੍ਰੋਬਲਮ ਹੈ ਕਰਨ ਕਰਨਵੀਰ ਨੂੰ ਥੋੜੀ ਜੀ ਦਿੱਕਤ ਹੈ ਇਸ ਕਰਕੇ ਆਪਾਂ ਇਹਨਾਂ ਦੀ ਗੱਲਬਾਤ ਆਪਾਂ ਪੂਜਾ ਨਾਲ ਕਰ ਲੈਨੇ ਜਿਹੜੀ ਵੀ ਕਰਨੀ ਹੈ ਕਿਉਂਕਿ ਇਹਨਾਂ ਨੂੰ ਨਾ ਡਾਕਟਰ ਨੇ ਥੋੜੀ ਜੀ ਰੈਸਟ ਕਰਨ ਲਈ ਕਿਹਾ ਹੋਇਆ ਪੂਜਾ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ अच्छा किमे महसूस ਹੋ ਰਿਹਾ ਪੁੱਤ ਹੁਣ ਜਿਹੜਾ ਤੁਹਾਡੇ ਲਈ ਹਨਾ ਕਿੰਨੀ ਮਦਦਦਾਰੀ ਹੈ ਤੁਹਾਡੇ ਨਾਲ ਲੋਕ ਖੜੇ ਨੇ ਪਹਿਲਾਂ ਤੁਸੀਂ ਇਕੱਲੇ ਸੀ ਹਨਾ ਹੁਣ ਤੁਹਾਡੇ ਨਾਲ ਕਿੰਨੇ ਸਾਰੇ ਲੋਕ ਜਿਹੜੇ ਆ ਕੇ ਖੜੇ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ अच्छा जी जडी ਤੁਹਾਡੀ ਪਹਿਲੀ ਵੀਡੀਓ ਵਾਇਰਲ ਹੋਈ ਸੀ ਜਿਸ ਦਿਨ ਤੁਹਾਡਾ ਕੋਈ ਵੀਡੀਓ ਬਣਾ ਕੇ ਪਹਿਲਾਂ ਤਾਂ ਉਹ ਵੀਡੀਓ ਕਿਨੇ ਬਣਾਈ ਸੀ ਜਿਹੜੀ ਤੁਹਾਡੀ ਪਹਿਲੀ ਵੀਡੀਓ ਬਣਾਈ ਸੀ ਅਮਨ ਅੰਕਲ ਸੀ ਜੀ ਕੰਨਾਂ ਨੇ ਕੈਸੀ ਡਰਾਸ ਦਿੱਤਾ ਸੀ ਜੀ ਉਹ ਸ਼ਾਮ ਨੂੰ 6:30 ਵਜੇ ਆਏ ਜੀ ਤੇ ਵੀਡੀਓ ਬਣਾ ਕੇ ਲੈ ਗਏ ਤੇ ਅਗਲੇ ਦਿਨ ਉਹਨਾਂ ਨੇ ਪੋਸਟ ਕਰ ਦਿੱਤੀ ਤੇ ਸਾਡੇ ਘਰ ਸਾਰੇ ਆਣ ਲੱਗੇ ਜੀ اچھا ਤੁਹਾਨੂੰ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਕੌਣ ਪਹੁੰਚਿਆ ਯਾਨੀ ਤੁਹਾਡੀ ਵੀਡੀਓ ਵਾਇਰਲ ਹੁੰਦੀ ਹੈ ਤੁਹਾਨੂੰ ਪਤਾ ਲੱਗਦਾ ਹੈ ਉਹ ਜਿਹੜਾ ਪਹੁੰਚਿਆ ਹੂਗਾ ਉਹ ਤੋਂ ਪਤਾ ਲੱਗਦਾ ਹੈ ਕੌਣ ਪਹੁੰਚਿਆ ਤੁਹਾਡੇ ਕੋਲੇ ਕਿਦਾਂ ਤੁਹਾਨੂੰ ਪਤਾ ਲੱਗਦਾ ਵੀ ਸਾਡੀ ਵੀਡੀਓ ਵਾਇਰਲ ਹੋ ਗਈ ਇਹ ਸਾਡੇ ਜੀ ਜਾਰੇ ਜੀ ਇਕੱਠੇ ਹੋ ਗਏ ਜੀ ਠੀਕ ਹੈ ਜੀ ਉਸ ਤੋਂ ਬਾਅਦ ਕਿੰਨੇ ਕੁ ਖੁਸ਼ੀ ਹੋਈ ਤੁਹਾਨੂੰ ਜਦੋਂ ਤੁਹਾਡੇ ਕੋਲ ਲੋਕ ਪਹੁੰਚਣ ਲੱਗੇ ਤੇ ਕਿੰਨੇ ਕੁ ਲੋਕ ਤੁਹਾਡੇ ਕੋਲੇ ਪਹੁੰਚ ਚੁੱਕੇ ਨੇ ਹੁਣ ਤੱਕ ਜੀ ਬਹੁਤ ਖੁਸ਼ੀ ਹੋਈ ਹੈ ਜੀ ਤੇ ਬਹੁਤ ਜਨੇ ਪਹੁੰਚ ਵੀ ਗਏ ਜੀ ਤੇ ਅਜੇ ਆ ਵੀ ਰਿਹਾ ਜੀ ਹੋਰ ਵੀ ਕਰਕੇ ਜੀ ਅੱਛਾ ਜੀ ਅੱਛਾ ਤੇ ਜਿਹੜੀ ਤੁਹਾਡੇ ਘਰ ਦਾ ਹਨਾ ਘਰ ਦੀ ਉਸਾਰੀ ਹੋਣ ਲੱਗ ਰਹੀ ਹੈ ਤੁਹਾਨੂੰ ਅਰਦਾਸ ਚੈਰੀਟੇਬਲ ਵਾਲੇ ਕਿੱਥੇ ਤੱਕ ਕਹਿੰਦੇ ਵੀ ਕੀ ਕੁਝ ਬਣਾ ਕੇ ਦੇਵਾਂਗੇ ਕਿੰਨਾ ਘਰ ਬਣਾ ਕੇ ਦੇਣਗੇ ਜੀ ਇੱਕ ਬੈਡਰੂਮ ਕਿਚਨ ਜੀ ਤੇ ਲੌਬੀ ਤੇ ਉੱਤੇ ਪੌੜੀਆਂ ਚੜਾਣੀਆਂ ਜੀ ਤੇ ਬਾਥਰੂਮ ਤੇ ਫਲਸ਼ ਠੀਕ ਹੈ ਜੀ ਹੁਣ ਕੋਈ ਰਿਸ਼ਤੇਦਾਰਾਂ ਨੇ ਇਹ ਵੀਡੀਓ ਵਾਇਰਲ ਹੋਣੀ ਕਿਉਂਕਿ ਬੜੀ ਦੇਸ਼ਾਂ ਵਿਦੇਸ਼ਾਂ ਚ ਵੀਡੀਓ ਚੱਲੀ ਆ ਮਿਲੀਅਨਸ ਆਫ ਵਿਊਜ਼ ਨੇ ਹਨਾ ਕਾਫੀ ਜ਼ਿਆਦਾ ਵਿਊਜ਼ ਵੀ ਆ ਚੁੱਕੇ ਨੇ ਤੁਹਾਡੇ ਤਕਰੀਬਨ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਤੁਹਾਡੀ ਵੀਡੀਓ ਵਾਇਰਲ ਹੋ ਗਈ ਜਾਂ ਤੁਹਾਡੇ ਕੋਲੇ ਮਦਦ ਪਹੁੰਚੀ ਜਾਂ ਪੈਸਾ ਪਹੁੰਚੇ ਕਿਸੇ ਦਾ ਫੋਨ ਆਇਆ ਕੋਈ ਨਹੀਂ ਜੀ ਫੋਨ ਤਾਂ ਨਹੀਂ ਆਇਆ ਜੀ ਵੈਸੇ ਅੱਜ ਗਏ ਹੋਇਆ ਜਿਲਨ ਹੋਾਰੇ ਹੋਣੇ ਅੱਛਾ ਜੀ ਤੁਹਾਡੇ ਰਿਸ਼ਤੇਦਾਰੀ ਚ ਤੁਹਾਡੇ ਮਾਮਾ ਮਾਮੀ ਜਾਂ ਨਾਨਾ ਨਾਨੀ ਕੋਈ ਹੈਗਾ ਹਾਂਜੀ ਹੈਗੇ ਜੀ ਮਾਮਾ ਮਾਮੀ ਤੇ ਨਾਨਾ ਹੈ ਜੀ अच्छा मामा मामी ते नानाजी ने अच्छा ਉਸ ਤੋਂ ਪਹਿਲਾਂ ਵੀ ਕਿਉਂਕਿ ਅੱਜ ਤੋਂ ਕੁਝ ਦਿਨ ਪਹਿਲਾਂ ਜੇ ਪਿੱਛੇ ਚਲੇ ਜਾਈਏ ਤਾਂ ਜਿਹੜੇ ਹਾਲਾਤ ਸੀ ਬੜੇ ਗੰਭੀਰ ਸੀ ਹਨਾ ਬੜੇ ਤਰਸਯੋਗ ਸੀ ਕਿਸੇ ਨੂੰ ਤਰਸ ਨਹੀਂ ਆਇਆ नाना ਨਾਨੇ ਨੇ ਜਾਂ मामੀ ਨੇ ਕਦੇ ਹਾਲ ਆ ਕੇ ਪੁੱਛਿਆ ਨਹੀਂ ਤੁਹਾਡਾ ਜੀ ਜੀ ਆਂਦੇ ਸੀ ਜੀ ਪੁੱਛ ਕੇ ਚਲੇ ਜਾਂਦੇ ਸੀ ਬਟ ਉਹਨਾਂ ਨੇ ਐ ਨਹੀਂ ਲੱਗਿਆ ਕਿ ਸਾਡੇ ਦੋ ਤਾਂ ਰਤੀ ਕੋਈ ਪ੍ਰੋਬਲਮ ਅਸੀਂ ਉਹਨਾਂ ਨੂੰ ਕੱਢਤੀਏ ਨਹੀਂ ਜੋ ਉਹਨਾਂ ਨੇ ਜਮਾਈ ਵੀ ਕਰ ਸੀ ਜੀ ਉਹਨਾਂ ਨੇ ਫਿਕਰ ਹੁੰਦੀ ਜੀ ਵੀਡੀਓ ਵਾਲ ਕਿਉਂ ਹੁੰਦੀ ਜੀ ਹਾਂਜੀ ਤੇ ਅ ਅੱਛਾ ਤੁਹਾਡੇ ਨਾਨਾ ਜੀ ਕਿੰਨੇ ਕਿ ਦਿਨਾਂ ਬਾਅਦ ਵੈਸੇ ਢੇੜਾ ਮਾਰਦੇ ਸੀ ਅਗਰ ਮਾਰਦੇ ਵੀ ਹੋਣ ਤਾਂ ਜੀ ਉਹ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਸੀ ਜੀ ਉਥੋਂ ਗਦਾਮ ਚੋਂ ਕਦੇ ਵੇਲੇ ਹੁੰਦੀ ਤਾਂ ਜੀ ਉਹ ਆ ਜਾਂਦੇ ਸੀ ਜਦ ਅੱਛਾ ਜਦੋਂ ਆਉਂਦੇ ਸੀ ਹਨਾ ਘਰੇ ਕਿਉਂਕਿ ਆਟਾ ਤਾਂ ਹੁੰਦਾ ਨਹੀਂ ਸੀ ਉਹਦਾ ਕਰਨਵੀਰ ਜੋ 30 ਰੁਪਏ ਹਨਾ 30 40 ਰੁਪਏ ਜੋ ਉਹਨੂੰ ਦਿੰਦੇ ਸੀਗੇ ਉਹਦੇ ਸਮਾਨ ਲਿਆਉਂਦਾ ਸੀਗਾ ਉਹ ਘਰੇ ਆਉਂਦਾ ਸੀ ਉਹ ਦੇਖਦਾ ਸੀਗਾ ਵੀ ਪੁੱਛਦਾ ਸੀ ਘਰੇ ਵੀ ਆਟਾ ਮੁੱਕਿਆ ਜਾਂ ਕੋਈ ਚਾਹ ਚੀਨੀ ਜਾਂ ਕੁਝ ਚੀਜ਼ ਦੀ ਲੋ ਨਹੀਂ ਜੀ ਉਹ ਵਸ ਹਾਲ ਪੁੱਛ ਕੇ ਤਲ ਜਾਂਦੇ ਸੀ ਜੀ ਅੱਛਾ ਕਦੀ ਰਾਤ ਨਹੀਂ ਰਿਹਾ ਉਰੇ ਜੀ ਰਹਿੰਦੇ ਸੀ ਜੀ ਪੈਨਾ ਫਿਰ ਇੱਧਰ ਸੱਤ ਡਿੱਗਣ ਦਾ ਪੂਰਾ ਡਰ ਸੀ ਜੀ ਫਿਰ ਉੱਧਰ ਚੱਲ ਗਏ ਜੀ ਫਿਰ ਤੁਸੀਂ ਐਸੀ ਇੱਧਰ ਹੀ ਕੱਲੇ ਸੀ ਜੀ ਇੱਥੇ ਕੱਲੇ ਸੀ ਤੁਸੀਂ ਅੱਛਾ ਉਹ ਛੱਤ ਦੇਖੋ ਦੋਸਤੋ ਕਿੱਡੀ ਹੈ ਨਾ ਕੀ ਕਹੀਏ ਇਸ ਚੀਜ਼ ਨੂੰ ਇਹਨੂੰ ਇਨਸਾਨੀਤ ਕਹੀਏ ਜਾਂ ਨਹੀਂ ਨਾ ਕਹੀਏ ਦੋਸਤੋ ਜਦੋਂ ਛੱਤ ਡਿੱਗਣ ਵਾਲੀ ਹੋ ਗਈ ਉਸ ਤੋਂ ਬਾਅਦ ਇਹਦੇ ਨਾਨਾ ਜੀ ਵੈਸੇ ਪਹਿਲਾਂ ਇੱਥੇ ਰਹਿੰਦੇ ਸੀ ਹਨਾ ਹਨਾ ਬੇਟਾ ਉਹ ਰਹਿੰਦੇ ਸੀ ਜਦੋਂ ਛੱਤ ਡਿੱਗਣ ਵਾਲੀ ਹੋ ਗਈ ਉਹ ਇੱਥੋਂ ਛੱਡ ਕੇ ਚਲੇ ਗਏ ਫਿਰ ਇਹ ਬੱਚੇ ਦੋਨੋਂ ਹੀ ਇੱਥੇ ਰਹਿ ਗਏ ਛੱਤ ਡਿੱਗ ਵੀ ਛੱਤ ਡਿੱਗਣਾ ਜਾਵੇ ਉਹ ਨਾਨਾ ਜੀ ਤਾਂ ਚਲੇ ਗਏ ਪਰ ਬੱਚਿਆਂ ਨੂੰ ਇੱਥੇ ਛੱਡ ਗਏ ਇਹਨਾਂ ਉੱਤੇ ਛੱਤ ਡਿੱਗਦੀ ਜਾਂ ਨਹੀਂ ਡਿੱਗਦੀ ਉਹਦਾ ਕੋਈ ਕਿਸੇ ਨੂੰ ਫਿਕਰ ਨਹੀਂ ਅੱਛਾ ਪੁੱਤੋ ਹੁਣ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਮਦਦ ਆ ਰਹੀ ਹੈ ਕਿੰਨੀ ਕੁ ਮਦਦ ਆ ਰਹੀ ਹੈ ਕੀ ਲੱਗਦਾ ਵੀ ਕਿੱਥੇ ਤੱਕ ਜਿਹੜੀ ਤੁਹਾਨੂੰ ਸੁਖਾਲੀ ਜ਼ਿੰਦਗੀ ਨਜ਼ਰ ਆ ਰਹੀ ਹੈ ਕਿੱਥੇ ਤੱਕ ਤੁਹਾਨੂੰ ਪੇ ਵੇਖ ਪੇ ਵੇਖਣਾ ਨਜ਼ਰ ਆ ਰਿਹਾ ਮੈਂ ਸੁਣਿਆ ਕਿਉਂਕਿ ਕੀ ਕਹਿੰਦੇ ਵੀ ਤੁਹਾਡਾ ਨਾ ਇੱ ਦੀ ਮਦਦਦਾਰੀ ਆ ਤੁਹਾਡੇ ਕੋਲੇ ਜੀ ਬਹੁਤ ਮਦਦ ਆ ਰਹੀ ਹੈ ਜੀ ਉਹਨਾਂ ਦਾ ਧੰਨਵਾਦ ਜੋ ਸਾਡੀ ਹੈਲਪ ਕਰ ਰਿਹਾ ਜੀ ਤੇ ਜੀ ਉਹ ਜੀ ਜੇ ਸਾਡੇ ਘਰ ਦਾ ਮਹੂਰਤ ਹੋਇਆ ਜੋ ਜਰੂਰ ਇੱਥੇ ਪਹੁੰਚਣ ਜੀ ਜਿੱਥੇ ਵੀ ਅੱਜ ਕਿ ਕਿਹਨੂੰ ਕਿਹਨੂੰ ਸੱਦਾ ਦੇ ਰਹੇ ਹਾਂ ਕਿਉਂਕਿ ਜਲਦੀ ਹੀ ਤੁਹਾਡੇ ਘਰ ਦਾ ਮਹੂਰਤ ਹੋਣ ਲੱਗ ਰਿਹਾ ਜਿਸ ਹਿਸਾਬ ਦੇ ਨਾਲ ਝੋਰ-ਸ਼ੋਰ ਦੇ ਨਾਲ ਕੰਮ ਚੱਲ ਰਿਹਾ ਹੈ ਬੜੀ ਜਲਦੀ ਤੁਹਾਡੇ ਘਰ ਦਾ ਮਹੂਰਤ ਹੋਊਗਾ ਕਿਹਨੂੰ ਕਿਹਨੂੰ ਤੁਸੀਂ ਸੱਦਾ ਦੇਣਾ ਚਾਹੋਗੇ ਕਿਹਨੂੰ ਕਿਹਨੂੰ ਇਨਵਾਈਟ ਕਰਨਾ ਚਾਹੋਗੇ ਜੀ ਜਿਹਨਾਂ ਨੇ ਹੈਲਪ ਕੀਤੀ ਹੈ ਉਹ ਵੀ ਆਣ ਜੀ ਜਿਨ੍ਹਾਂ ਨੇ ਹੈਲਪ ਨਹੀਂ ਕੀਤੀ ਜੋ ਵੀ ਇੱਥੇ ਜ਼ਰੂਰ ਪੂਜਾ ਜੀ ਦੀ ਇੱਕ ਬੇਨਤੀ ਹੈ ਜੀ ਕਿ ਜਿਹੜਾ ਵੀ ਵੀਡੀਓ ਦੇਖ ਰਿਹਾ ਉਹ ਇਹਨਾਂ ਦੇ ਘਰ ਦਾ ਜਲਦੀ ਹੀ ਮਹੂਰਤ ਹੋਣ ਵਾਲਾ ਉੱਥੇ ਪਹੁੰਚਣਾ। ਅੱਛਾ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਜੋ ਕਿ ਅਰਦਾਸ ਚੈਰੀਟੇਬਲ ਟਰਸਟ ਦੇ ਮੈਂਬਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ। ਇਹ ਵੀ ਜੁੜੇ ਹੋਏ ਨੇ। ਗੁਰਪ੍ਰੀਤ ਜੀ ਕੀ ਹਾਲ ਚਾਲ ਨੇ ਜੀ? ਠੀਕ ਹੈ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਰਦਾਸ ਚੈਰੀਟੇਬਲ ਟਰਸਟ, ਦੂਰਗੜ੍ਹ ਜ਼ਿਲ੍ਹਾ ਮਾਨਸਾਤੋਂ ਜੀ। ਠੀਕ ਹੈ ਜੀ। ਗੁਰਪ੍ਰੀਤ ਜੀ ਸਭ ਤੋਂ ਪਹਿਲੀ ਵਾਰ ਆਪਾਂ ਸ਼ੁਰੂਆਤ ਉੱਥੋਂ ਕਰਦੇ ਆਂ ਜਿੱਤੋਂ ਤੁਸੀਂ ਇਹ ਬੱਚਿਆਂ ਦੇ ਨਾਲ ਜੁੜ ਤੇ ਉਹਨਾਂ ਕੋਲ ਇੱਕ ਬਾਈ ਜੀ ਨੀ ਰਾਮ ਜੀ ਇਥੋਂ ਉਹਨਾਂ ਨੇ ਫੋਨ ਕੀਤਾ ਵੀ ਐ ਕਰਕੇ ਵੀ ਕੋਈ ਦੋ ਬੱਚੇ ਐ ਲੋੜਵੰਦਾ ਠੀਕ ਹੈ ਜੀ ਤੇ ਤੁਸੀਂ ਚਲੋ ਉਹ ਅਮਨ ਜੀ ਫ੍ਰੀ ਸੀ ਕੁਦਰਤੀ ਉਸ ਟਾਈਮ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਮੈਂ 2 ਮਿੰਟਾਂ ਚ ਹੀ ਆ ਗਿਆ ਤੇ 10 ਮਿੰਟਾਂ ਚ ਉਹ ਇੱਥੇ ਪਹੁੰਚ ਗਏ ਤੇ ਵੈਸੇ ਅਸੀਂ ਸਾਰੀ ਇਨਕੁਆਇਰੀ ਕਰਕੇ ਹੀ ਕੋਈ ਵੀਡੀਓ ਵਾਇਰਲ ਕਰਦੇ ਆ ਵੀ ਵਾਕਈ ਲੋੜਵੰਦਾ ਐ ਜਾਂ ਕਿਦਾਂ ਹਾਂ ਜੀ ਹਾਂ ਬਿਲਕੁਲ ਤੇ ਪਰ ਜੋ ਹਾਲਾਤ ਦੇਖ ਕੇ ਅਮਨ ਜੀ ਬਹੁਤ ਭਾਵੁਕ ਹੋ ਗਏ ਤੇ ਉਸੇ ਟਾਈਮ ਹੀ ਉਹਨਾਂ ਨੇ ਵੀਡੀਓ ਬਣਾ ਲਈ ਤੇ ਜਦੋਂ ਅਗਲੇ ਦਿਨ ਉਸੇ ਦਿਨ ਹੀ ਵੀਡੀਓ ਪਾਤੀ ਹਾਂਜੀ ਹਾਂਜੀ ਤੇ ਸਮਝ ਨਹੀਂ ਆਇਆ ਬਸ ਉਸ ਤੋਂ ਬਾਅਦ ਤਾਂ ਫਿਰ ਵਾਇਰਲ ਹੋ ਦੀ ਕਰ ਪਈ ਹੋਗੀ ਸਭ ਤੇ ਜੀ ਤੇ ਇੱਕ ਗੁਰਪ੍ਰੀਤ ਜੀ ਜਦੋਂ ਤੁਸੀਂ ਇੱਥੇ ਹਾਲਾਤ ਇੱਥੋਂ ਦੇ ਦੇਖੇ ਤੇ ਬੱਚਿਆਂ ਕੋਲੇ ਪਹੁੰਚੇ ਉਸ ਤੋਂ ਬਾਅਦ ਤੁਸੀਂ ਹਾਲਾਤ ਸੁਧਾਰੇ ਹਨਾ ਵਧੀਆ ਕੀਤਾ ਕਿਵੇਂ ਦਾ ਮਹਿਸੂਸ ਹੋਇਆ ਉਸ ਤੋਂ ਬਾਅਦ ਜਦੋਂ ਬੱਚੇ ਕਿਉਂਕਿ ਜਦੋਂ ਉਹ ਉਹ ਸਮਾਂ ਨਾ ਬਿਆਨ ਕਰਨ ਯੋਗ ਨਹੀਂ ਜਦੋਂ ਇੱਥੇ ਪਹੁੰਚਦੇ ਸੀ ਕਿਉਂਕਿ ਉਹ ਵੀਡੀਓ ਜਿਹੜੀ ਸ਼ੁਰੂਆਤ ਤੋਂ ਹੀ ਸ਼ੁਰੂਆਤੀ ਵੀਡੀਓ ਦੇਖੀ ਜਿਹਨੇ ਸਾਰੇ ਭਾਵਕ ਕੀਤੇ ਉਸ ਤੋਂ ਬਾਅਦ ਕਿਉਂਕਿ ਹੁਣ ਮੈਂ ਅੰਦਰ ਵੜਿਆ ਤਾਂ ਬੜੀ ਖੁਸ਼ੀ ਮਹਿਸੂਸ ਹੋਈ ਬੜਾ ਵਧੀਆ ਲੱਗਿਆ ਇੱਥੇ ਆ ਕੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਮਦਦ ਕਰਨ ਤੋਂ ਲੈ ਕੇ ਉਸ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋਇਆ ਕਿਉਂਕਿ ਬੱਚੇ ਬੜੀ ਆਪਦੇ ਬੱਚੇ ਹੀ ਲੱਗਣ ਲੱਗੇ ਆਂ ਕਹ ਲਈਏ ਤੇ ਪਰਿਵਾਰ ਦੇ ਮੈਂਬਰੀ ਲੱਗਣ ਲੱਗੇ ਆ ਜਿਹਾ ਲੱਗਦਾ ਨਹੀਂ ਵੀ ਚੰਮੇ ਰਾਤ ਕਰੇ ਹੋਣੇ ਆ ਤਸਵੀਰਾਂ ਹੁੰਦਾ ਵੀ ਯਾਰ ਚਲੋ ਹੁਣ ਚੱਲੀਏ ਫਿਰ ਪੂਜਾ ਤੇ ਕਰਨ ਨੂੰ ਮਿਲੀਏ ਜਾ ਕੇ ਤੇ ਬੜਾ ਵਧੀਆ ਮਨ ਬਹੁਤ ਖੁਸ਼ ਹੁੰਦਾ ਜਦੋਂ ਕਿਸੇ ਦੀ ਆਪਾਂ ਮਨੋਂ ਸੇਵਾ ਕਰਦੇ ਆਂ ਨਾ ਜੀ ਤੇ ਉਹ ਗੱਲਾਂ ਸ਼ਬਦਾਂ ਚ ਆਪਾਂ ਬਿਆਨ ਨਹੀਂ ਕਰ ਸਕਦੇ ਜੋ ਮਨ ਬਹੁਤ ਰਾਜੀ ਹੁੰਦਾ ਇਨਾਂ ਚੀਜ਼ਾਂ ਤੇ ਜੀ ਇੱਕ ਗੁਰਪ੍ਰੀਤ ਜੀ ਕਿੱਥੋਂ ਤੱਕ ਘਰ ਬਣਾਉਣ ਦੀ ਸਕੀਮ ਆ ਜਾਂ ਕਿੰਨਾ ਕੁ ਤੁਹਾਡੇ ਕੋਲੇ ਜਿਹੜਾ ਮਤਲਬ ਮਦਦਦਾਰੀ ਹੈ ਬੱਚਿਆਂ ਦਾ ਕਿੱਥੇ ਤੱਕ ਭਵਿਕ ਸੁਧਾਰਨ ਦੀ ਸੁਧਾਰਨ ਦੀ ਜਿਹੜੀ ਤੁਹਾਡੀ ਮਰਕੀ ਮਨੋ ਕਾਮਨਾ ਹੁੰਦੀ ਹੈ ਇੱਕ ਇੱਛਾ ਹੁੰਦੀ ਹੈ ਤੇ ਇੱਕ ਕਹਿਦੀ ਵੀ ਸਪੋਰਟ ਹੁੰਦੀ ਹੈ ਕਿੱਥੋਂ ਤੱਕ ਉਹ ਇੱਕ ਤਾਂ ਸਮੂਹ ਸਾਡੀ ਟੀਮ ਅਰਦਾਸ ਕਲੱਬ ਦੀ ਟੀਮ ਸਾਡੇ ਟਰਸਟੀ ਸਾਰੇ ਹੀ ਬਹੁਤ ਵਧੀਆ ਇੱਕ ਪਰਿਵਾਰ ਹੀ ਹੈ ਸਾਡਾ ਜੀ ਉਹ ਸਾਰੀ ਅਸੀਂ ਪੂਰੇ ਵਧੀਆ ਆਰਾਮ ਨਾਲ ਮਨ ਧਨ ਨਾਲ ਤੁਹਾਨੂੰ ਸੱਤ ਰਾਂ ਨਾਲ ਅਸੀਂ ਇੱਥੇ ਪਹੁੰਚ ਰਹੇ ਹਾਂ ਮਦਦ ਕਰ ਰਹੇ ਹਾਂ ਜੀ ਤੇ ਪਬਲਿਕਲੀ ਸਪੋਰਟ ਵੀ ਬਹੁਤ ਮਿਲ ਰਹੀ ਹੈ ਦੇਸ਼ਾਂ ਵਿਦੇਸ਼ਾਂ ਚੋਂ ਬਹੁਤ ਵਧੀਆ ਫੰਡਿੰਗ ਹੋ ਰਹੀ ਹੈ ਜੀ ਪਹਿਲਾਂ ਅਸੀਂ ਪੂਜਾ ਨੇ ਕਿਹਾ ਵੀ ਮੈਨੂੰ ਫੁੱਲ ਕਵਰਡ ਘਰ ਬਣਾ ਦਿਓ ਜੀ ਇਹ 15x40 ਦਾ ਪਲਾਟ ਹੈ ਅਸੀਂ ਪੂਰਾ ਬੈਡਰੂਮ 플ਸ਼ ਬਾਥਰੂਮ ਕਿਚਨ ਸਭ ਕੰਪਲੀਟ ਤਿਆਰ ਕਰਕੇ ਦੇਵਾਂਗੇ ਪੂਜਾ ਦਾ ਘਰ ਵਧੀਆ ਬਣਾ ਦੇਣਾ ਜੀ ਉਸ ਤੋਂ ਬਾਅਦ ਜੋ ਵੀ ਪੈਸਾ ਬਚੂਗਾ ਜੀ ਅਸੀਂ ਬੱਚਿਆਂ ਦੇ ਨਾਂ ਤੇ ਐਫ ਡੀ ਕਰਾ ਦਾਂਗੇ ਜਦੋਂ ਇਹ ਮੈਚੂਰ ਹੋਣਗੇ 21 ਸਾਲ ਦੇ ਹੋਣਗੇ ਉਦੋਂ ਉਹਨੂੰ ਮਤਲਬ ਉਹ ਯੂਜ਼ ਕਰ ਲੈਣਗੇ ਹੁਣ ਤੁਸੀਂ ਬੈਂਕ ਜਾਣ ਦੀ ਕਾਲੀ ਕਰ ਰਹੇ ਸੀ ਹਨ ਜਦੋਂ ਮੈਂ ਆਇਆ ਚਲੋ ਤੁਸੀਂ ਮੇਰੇ ਲਈ ਰੁਕੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਬੈਂਕਿੰਗ ਮਤਲਬ ਬੈਂਕ ਕਿਸ ਲਈ ਜਾ ਰਹੇ ਹੋ ਕਿਵੇਂ ਜਾ ਰਹੇ ਸੀ ਅਸੀਂ ਇੱਕ ਨਾ ਛੋਟੀ ਥੋੜੀ ਪੇਮੈਂਟ ਸਾਡੇ ਕੋਲ ਮਤਲਬ ਸਾਨੂੰ ਲੱਗਿਆ ਵੀ ਜਿੰਨਾ ਪੇਮੈਂਟ ਘਰ ਤੇ ਲੱਗਣੀ ਆ ਉਸ ਤੋਂ ਬਾਅਦ ਵੀ ਚਲੋ ਜਿੰਨੀ ਕੁ ਪਈ ਅਸੀਂ ਅਖਾ ਚਲ ਇੱਕ ਐਫ ਬਾਈ ਜੀ ਨੇ ਯੂਐਸਏ ਤੋਂ ਤੇ ਉਹਨਾਂ ਨੇ ਕਿਹਾ ਵੀ ਮੈਂ ਇੱਕ ਬੱਚੇ ਨੂੰ ਸਮਝੋ ਜਿੰਨਾ ਵੀ ਪੜ੍ਹਾਈ ਕਰਨਾ ਚਾਹੂ ਪੂਜਾ ਹਾਂਜੀ ਹਾਂਜੀ ਭਾਵੇਂ ਡਾਕਟਰੀਏਟ ਕਰੇ ਭਾਵੇਂ ਟੀਚਰ ਦਾ ਕੋਈ ਵੀ ਕੋਰਸ ਕਰੇ ਉਹ ਸਾਰਾ ਖਰਚਾ ਮੈਂ ਇਕੱਲਾ ਹੀ ਦੇਵਾਂਗਾ ਜੀ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਇਕੱਲਾ ਉਹਨਾਂ ਦਾ ਨਹੀਂ ਅਸੀਂ ਸਾਰੇ ਸੱਜਣਾ ਮਿੱਤਰਾਂ ਦਾ ਕੋਈ ਕਹਦੇ ਜੀ ਸਾਡਾ ਨਾਂ ਨਹੀਂ ਲਿਆ ਤੇ ਅਸੀਂ ਸਭ ਦਾ ਹੀ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਪਹੁੰਚ ਰਹੇ ਨੇ ਸਾਨੂੰ ਯਾਰ ਨਹੀਂ ਪਹੁੰਚ ਰਹੇ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਕਰ ਰਹੇ ਨੇ ਫੰਡਿੰਗ ਕਰ ਰਹੇ ਨੇ ਅਸੀਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਜੀ ਇੱਕ ਅਚਾ ਲਗਭਗ 2 ਤੋਂ 2.5 ਸਾਲ ਹੋ ਗਈ ਸਾਡੇ ٹرسٹ ਨੂੰ ਚੱਲਦੇ ਆਂ ਜੀ ਤੇ ਅਸੀਂ ਜਿਆਦਾ ਸਾਡਾ ਜੋ ਹੈਗਾ ਮੈਡੀਕਲ ਮੰਨੀ ਅਸੀਂ ਤੁਰੇ ਹੋਏ ਆਂ ਜੀ ਮੈਡੀਕਲ ਹੈਲਪ ਲੋਕਾਂ ਦੀ ਤੇ ਜੇ ਆ ਜੋ ਕੋਈ ਅਪਾਹਜ ਅਪੰਗ ਜਿੰਨਾ ਤੋਂ ਕਿ ਤੁਰਿਆ ਵੀ ਨਹੀਂ ਜਾ ਰਿਹਾਗਾ ਤਾਂ ਅਸੀਂ ਚਲੋ ਵੀਡੀਓ ਬਣਾ ਕੇ ਤਾਂ ਪਾ ਦਿੰਨੇ ਆ ਤੇ ਸਾਨੂੰ ਸੇਵਾ ਆ ਜਾਂਦੀ ਅਸੀਂ ਅਗਲੇ ਦਾ ਵੀ ਟਰਾਈਸਾਈਕਲ ਲੈ ਕੇ ਅਸੀਂ ਫਿਰ ਦੇ ਆਉਣੇ ਆ ਜੀ ਅਗਲੇ ਨੂੰ ਠੀਕ ਹੈ ਜੀ ਇਸ ਪਲਾਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਕੁਝ ਬਣੇਗਾ ਮੰਨ ਲਓ ਬੈਡਰੂਮ ਇੱਕ ਬਣੂ ਜਾਂ ਦੋ ਬਣੂ ਕਿੰਨਾ ਕਿ ਕੀ ਨਕਸ਼ਾ ਮਤਲਬ ਤਿਆਰ ਕੀਤਾ ਹੋਣਾ ਕੀ ਕੁਝ ਬਣ ਸਕਦਾ ਨਕਸ਼ਾ ਅਸੀਂ ਆਰਕੀਟੈਕਟ ਤੋਂ ਬਕਾਇਦਾ ਤਿਆਰ ਤੇ ਇੱਕ ਬੈੱਡਰੂਮ ਬਣੂਗਾ ਜੀ ਇੱਕ ਕਿਚਨ ਜੀ 플러ਸ਼ ਬਾਥਰੂਮ ਮੂਰੇ ਲੌਬੀ ਜੀ ਤੇ ਸਾਈਡ ਤੋਂ ਪੌਣੀਆਂ ਚੜਾ ਦਾਂਗੇ ਜੀ ਅੱਛਾ ਜੀ ਇਹਦੇ ਵਿੱਚ ਕੋਈ ਛੋਟਾ ਮੋਟਾ ਸਟੋਰ ਨਿਕਲੂਗਾ ਸਮਾਨ ਵਗੈਰਾ ਰੱਖਣ ਨੂੰ ਨਹੀਂ ਸਟੋਰ ਤਾਂ ਨਹੀਂ ਨਿਕਲ ਸਕਦਾ ਬਟ ਪੂਜਾ ਨੇ ਕਿਹਾ ਜੀ ਇੱਕ ਮੰਦਿਰ ਜ਼ਰੂਰ ਬਣਾ ਦੇ ਤੇ ਅਸੀਂ ਮੰਦਿਰ ਦਾ ਵੀ ਪ੍ਰੋਵੀਜ਼ਨ ਕਰਤਾ ਹੀ ਉਹਦੇ ਵਿੱਚ ਜੀ ਅੱਛਾ ਜੀ ਅੱਛਾ ਜੀ ਅੱਛਾ ਕੀ ਬਾਤ ਹੈ ਜੀ ਅੱਛਾ ਇੱਕ ਪੂਜਾ ਪੁੱਤ ਜਿਹੜੀਆਂ ਤੁਹਾਡੇ ਤੱਕ ਹੁਣ ਪਹੁੰਚ ਰਹੀਆਂ ਨੇ ਮਦਦਾਂ ਸਾਰੀਆਂ ਸਾਰੀਆਂ ਤੁਹਾਨੂੰ ਮਿਲ ਰਹੀਆਂ ਨਹੀਂ ਆ ਹਾਂ ਜੀ ਮਿਲ ਰਹੀਆਂ ਜੀ ਠੀਕ ਹੈ ਜੀ ਕਿਉਂਕਿ ਇਹ ਚੀਜ਼ ਜ਼ਰੂਰੀ ਹੈ ਕਿਉਂਕਿ ਵੀਰ ਜੀ ਪਹਿਲਾਂ ਵੀ ਤੁਸੀਂ ਦੱਸ ਚੁੱਕੇ ਹੋ ਕਿ ਥੋੜਾ ਜਨਾ ਲੋਕ ਇਹ ਜਦੋਂ ਆਪਾਂ ਚੰਗਾ ਕੰਮ ਕਰਦੇ ਹਾਂ ਨਾ ਤਾਂ ਉਥੇ ਮਾੜੇ ਲੋਕ ਵੀ ਬਹੁਤ ਮਿਲਦੇ ਨੇ ਕਿਉਂਕਿ ਲੋਕ ਨਾ ਬੋਲਣ ਵਾਲੇ ਜ਼ਿਆਦੇ ਨੇ ਕੰਮ ਕਰਨ ਵਾਲੇ ਘੱਟ ਹੁੰਦੇ ਨੇ ਤੇ ਇਹ ਚੀਜ਼ ਜ਼ਰੂਰੀ ਹੈ ਇੱਕ ਪੁਆਇੰਟ ਜ਼ਰੂਰੀ ਹੈ ਕਿਉਂਕਿ ਕਈ ਸਾਡੇ ਦੋਸਤ ਹੁੰਦੇ ਨੇ ਜਿਹੜੇ ਉਹ ਮਦਦ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਜ਼ਰੀਆ ਨਹੀਂ ਮਿਲਦਾ ਕਿਉਂਕਿ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਨੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਸੱਜਣ ਸਾਡੇ ਵੀਰ ਉਹਨਾਂ ਕੋਲ ਪੈਸਾ ਹੈਗਾ ਮਦਦ ਕਰਨ ਨੂੰ ਪਰ ਜ਼ਰੀਆ ਨਹੀਂ ਹੈ ਜਿਹੜੇ ਹੋ ਕੇ ਪ੍ਰਮਾਤਮਾ ਨੇ ਸੁਣੀ ਹੈ ਤੇ ਇੱਥੇ ਤੁਸੀਂ ਪਹੁੰਚਿਓ ਤੇ ਉਹ ਉਹਨਾਂ ਲਈ ਇੱਕ ਸੁਨੇਹਾ ਜ਼ਰੂਰ ਦਿਓ ਜਾਂ ਜਿਹੜੇ ਮਦਦ ਕਰਨ ਯੋਗ ਨੇ ਪਰ ਮਦਦ ਕਰਦੇ ਨਹੀਂ ਠੀਕ ਹੈ ਇੱਕ ਜਿਹੜੇ ਮਦਦ ਕਰ ਰਹੇ ਨੇ ਜਿਹੜੇ ਯਾਰ ਸਾਜਣ ਸਾਡੇ ਦੂਰ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਨੇ ਥੋੜਾ ਜਿਹਾ ਇੱਕ ਸੁਨੇਹਾ ਜ਼ਰੂਰ ਉਹਨਾਂ ਨੂੰ ਦਿਓ ਇਕਦਾ ਜੀ ਪਹਿਲਾਂ ਤਾਂ ਸਭ ਦਾ ਧੰਨਵਾਦ ਜੀ ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਇੱਕ ਸਾਡੀ ਟੀਮ ਚਲੋ ਦੇਖੋ ਕਹਿੰਦੇ ਦੁਨੀਆ ਤੇ ਜਿਹੜਾ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਦੇਖੋ ਮੈਂ ਵੀ ਮਰਨਾ ਕਿਸੇ ਨੇ ਨਹੀਂ ਇੱਥੇ ਰਹਿਣਾ ਹੈ ਨਾ ਜੀ ਤੇ ਉਸ ਗੁਰੂ ਨੂੰ ਆਪਾਂ ਜਾਨ ਦੇਣੀ ਆ ਤੇ ਜੋ ਪੈਸਾ ਬੱਚਿਆਂ ਦਾ ਹੈ ਇੱਕ ਇੱਕ ਰੁਪਿਆ ਇਹਨਾਂ ਤੇ ਹੀ ਲੱਗੂਗਾ ਅਗਾਹ ਨੂੰ ਵੀ ਜੋ ਅਸੀਂ ਚਲੋ ਗੁਰੂ ਜਦੋਂ ਸਾਡੇ ਤੋਂ ਸੇਵਾ ਲੈਣਗੇ ਜਿੰਨੇ ਵੀ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਮੈਂ ਸਭ ਨੂੰ ਵਿਸ਼ਵਾਸ ਦਿਵਾਉਣਾ ਸੀ ਇੱਕ ਇੱਕ ਰੁਪਿਆ ਜਿਹਦਾ ਵੀ ਜਿਹਦੇ ਵਾਸਤੇ ਆਊਗਾ ਜੋ ਫੰਡਿੰਗ ਆਊਗੀ ਉਹ ਉਹਨਾਂ ਤੇ ਲੱਗੂ ਤੇ ਮੈਂ ਸਭ ਨੂੰ ਇੱਕ ਬੇਨਤੀ ਕਰਦਾ ਕਿ ਮੈਂ ਇੱਥੋਂ ਦਾ ਨਹੀਂ ਕਹਿੰਦਾ ਪड़ोस पंजाब हरियाणा की सारी दुनिया ਦੇ ਵਿੱਚ ਜਿੱਥੇ ਵੀ ਕੋਈ ਲੋੜਵੰਦ ਹੈ ਦੇਖੋ ਸਾਡੀ ਟੀਮ ਜਾਂ ਕੋਈ ਵੀ ਹਰੇਕ ਜਗ੍ਹਾ ਨਹੀਂ ਪਹੁੰਚ ਸਕਦਾ ਤੇ ਤੁਸੀਂ ਆਪਾਂ ਆਪਦਾ ਆਲਾ ਦਵਾਲਾ ਨੇੜਾ ਤੇੜਾ ਦੇਖੋ ਤੇ ਜਿੱਥੇ ਕੋਈ ਮਦਦ ਵਾਲਾ ਬੈਠਾ ਉਹਦੀ ਮਦਦ ਕਰੋ ਵੱਧ ਤੋਂ ਵੱਧ ਕਰੋ ਧੰਨਵਾਦ ਜੀ ਠੀਕ ਹੈ ਜੀ ਕਿੰਨੀ ਖੁਸ਼ੀ ਮਿਲ ਰਹੀ ਹੈ ਪੁੱਤ ਮੈਂ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਹੋ ਰਹੀ ਹੈ ਜੀ ਅੱਛਾ ਅੱਜ ਫਿਰ ਪੈਸੇ ਬੈਂਕ ਦੇ ਵਿੱਚ ਆਉਣਗੇ ਹਨਾ ਹਾਂਜੀ ਆਣਗੇ ਜੀ ਅੱਛਾ ਬੈਂਕ ਦਾ ਬੈਲੈਂਸ ਬਣ ਗਿਆ ਜਦੋਂ ਵਧੀਆ ਹੋ ਗਿਆ ਠੀਕ ਹੈ ਕਿਉਂਕਿ ਤੁਹਾਡੇ ਲਈ ਨਾ ਇੱਕ ਬਹੁਤ ਸੋਹਣਾ ਆਫਰ ਆਇਆ ਹੋਇਆ ਗੁਰਪ੍ਰੀਤ ਵੀਰ ਜੀ ਨੇ ਪਹਿਲਾਂ ਵੀ ਜ਼ਿੰਦਗੀ ਦੇ ਵਿੱਚ ਕੀ ਟੀਚਾ ਕੀ ਬਣਨਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਲਈ ਇੱਕ ਆਫਰ ਹੈ ਤੁਹਾਨੂੰ ਇੱਕ ਕਿਹੜੀ ਜਗ੍ਹਾ ਤੋਂ ਦੱਸੀ ਸੀ ਉਹ ਵੀਰ ਜੀ ਸਾਡੇ ਜਿਹੜੇ ਯੂਐਸਏ ਤੋਂ ਯੂਐਸਏ ਤੋਂ ਨੇ ਉਹਨਾਂ ਨੇ ਤੁਹਾਨੂੰ ਇੱਕ ਤਰ੍ਹਾਂ ਅਡਾਪਟ ਕਰ ਲਿਆ ਹਨਾ ਇੱਕ ਤਰ੍ਹਾਂ ਗੋਦ ਲੈ ਲਿਆ ਉਹ ਤੁਹਾਡੀ ਸਟੱਡੀ ਦਾ ਸਾਰਾ ਖਰਚਾ ਚੱਕਣਗੇ ਉਹਨਾਂ ਦਾ ਕਿੰਨਾ ਖਰਚਾ ਕਰਵਾਉਂਗੇ ਕਿ ਮਤਲਬ ਕਿ ਸਟੱਡੀ ਕਿਹੜੀ ਕਰੋਗੇ ਡਾਕਟਰ ਬਣਨਾ ਹੈ ਟੀਚਰ ਕੀ ਬਣਨਾ ਤੁਸੀਂ ਜੀ ਟੀਚਰ ਜੀ ਅਜੀ ਪਰਸ ਪਰਸ ਫਿਰ ਤਾਂ ਸਾਡੇ ਚਾਲਣ ਘਟਿਆ ਕਰੋ ਜੇ ਪੁਲਸ ਵਾਲੇ ਬਣ ਕੇ ਠੀਕ ਹੈ ਅੱਛਾ ਦੋਸਤੋ ਬੜੀ ਵਧੀਆ ਲੱਗਿਆ ਕਿਉਂਕਿ ਜਿਹੜੇ ਉਸ ਟਾਈਮ ਦੇ ਵਿੱਚ ਅਸੀਂ ਵੀਡੀਓ ਦੇਖ ਕੇ ਇੱਥੇ ਪਹੁੰਚੇ ਸੀ ਪਰ ਜਦੋਂ ਇੱਥੇ ਆਏ ਅਸੀਂ ਇਥੋਂ ਦੇ ਹੁਣ ਦੇ ਹਾਲਾਤ ਦੇਖ ਕੇ ਤਾਂ ਬਹੁਤ ਵਧੀਆ ਮਹਿਸੂਸ ਹੋਇਆ ਗੁਰਪ੍ਰੀਤ ਜੀ ਵੀਰ ਜੀ ਮਿਲੇ ਸਾਨੂੰ ਤੇ ਬਹੁਤ ਵਧੀਆ ਇਹਨਾਂ ਨੇ ਮਤਲਬ ਕਿ ਬੱਚਿਆਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਖੁਸ਼ੀ ਹੈ ਬੱਚਿਆਂ ਦੇ ਜਿਹੜਾ ਅੰਦਰੂਨੀ ਖੁਸ਼ੀ ਹੈ ਉਹ ਦੇਖਣ ਨੂੰ ਮਿਲਦੀ ਹੈ ਕਿਉਂਕਿ ਪਹਿਲਾਂ ਜਿਹੜੇ ਹਾਲਾਤ ਸੀ ਬੜੇ ਦੁੱਖ ਭਰੇ ਸੀ ਇੱਕ ਗੁਰਪ੍ਰੀਤ ਜੀ ਕਰਨ ਵੀਰ ਨੂੰ ਨ ਉਹਨਾਂ ਨੂੰ ਕਿਉਂਕਿ ਦਵਾਈ ਵੀ ਦੇ ਕੇ ਆਏ ਅਸੀਂ ਉਹਨਾਂ ਦੀ ਕੋਈ ਦਿੱਕਤ ਹੈ ਉਹਨਾਂ ਨੂੰ ਕੀ ਦਿੱਕਤ ਹੈ ਉਹਨਾ ਥੋੜੀ ਜੀ ਚਲੋ ਗਰਮੀ ਵੀ ਹੈਗੀ ਹੈ ਜੀ ਤੇ ਵੈਸੇ ਠੀਕ ਹੈ ਅਸੀਂ ਕੱਲ ਵੀ ਦਵਾਈ ਦਵਾ ਲਈ ਸੀ ਅੱਛਾ ਜੀ ਤੇ ਡਾਕਟਰ ਸਾਹਿਬ ਕਹਿੰਦੇ ਕੋਈ ਨਹੀਂ ਥੋੜੀ ਬਹੁਤ ਗਰਮੀ ਕਰਕੇ ਹੀ ਹੈ ਤੇ ਡੀ ਹਾਈਡਰੇਸ਼ਨ ਜੀ ਕਹ ਲਓ ਤੇ ਅੱਜ ਵੀ ਸ਼ਾਮ ਨੂੰ ਦਵਾਈ ਦਵਾ ਲਈ ਮੰਨ ਕੇ ਕੋਈ ਐਡੀ ਖਾਸ ਗੱਲ ਨਹੀਂ ਵੈਸੇ ਨੋਰਮਲ ਹੀ ਹੈ ਸਭ ਕੁਝ ਵੈਸੇ ਠੀਕ ਹੈ ਜੀ ਅੱਛਾ ਪੂਜਾ ਪਹਿਲਾਂ ਤਾਂ ਨਹੀਂ ਅੱਜ ਤੋਂ ਪਹਿਲਾਂ ਤਾਂ ਨਹੀਂ ਕਰਨਵੀਰ ਨੂੰ ਐਵੇਂ ਕੁਝ ਹੋਇਆ ਜਿਵੇਂ ਅੱਜ ਜੀ ਹੋ ਜਾਂਦੀ ਹੈ ਜੀ ਕੋਈ ਪ੍ਰੋਬਲਮ ਨਹੀਂ ਜੀ ਮਿੱਤੂ ਜੀ अच्छा जी अच्छा मतलब हो जांदी दोस्तो है दोस्तों जे ਤੁਸੀਂ ਇੱਥੇ ਨਹੀਂ ਹਜੇ ਤੱਕ ਪਹੁੰਚੇ ਤਾਂ ਪਹੁੰਚਣ ਦੀ ਕੋਸ਼ਿਸ਼ ਕਰੋ ਬੱਚਿਆਂ ਲਈ ਜਿੰਨੀ ਹੋ ਸਕਦਾ ਮਦਦ ਜ਼ਰੂਰ ਕਰੋ ਕਿਉਂਕਿ ਜਿਹੜੀ ਆਪਾਂ ਨੇ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਬੜਾ ਜਿਹੜਾ ਭਾਵੁਕ ਕਰਨ ਵਾਲਾ ਦ੍ਰਿਸ਼ ਸੀਗਾ ਪੂਜਾ ਇੱਕ ਪੁੱਤ ਜਿਹੜੇ ਪੜੋਸੀ ਸੀਗੇ ਪਹਿਲਾਂ ਤੁਹਾਡੇ ਕੋਲੇ ਆਉਂਦੇ ਜਾਂਦੇ ਸੀਗੇ ਮਤਲਬ ਹਾਲਚਾਲ ਤੁਹਾਡਾ ਪੁੱਛਦੇ ਸੀ ਹਾਂਜੀ ਪੁੱਛਦੇ ਆਂ ਜੀ ਐਂਡ ਮੈਂ ਤੇ ਪੁੱਛਦੇ ਅੱਛਾ ਜੀ ਆ ਜਿਹੜਾ ਨਾਲ ਲਗਮਾ ਇੱਕ ਇੱਕੋ ਹੀ ਘਰ ਲੱਗਦਾ ਇਹ ਕਿਹਦਾ ਘਰ ਹੈ ਤਾਏ ਚਾਚੇ ਦਾ ਜਾਂ ਕਿ ਕਿਨਾਂ ਜੀ ਕਿਸੇ ਹੋਰ ਦਾ ਜੀ ਕੰਚਾਂ ਤੋਂ ਜੀ اچھا ਤੁਹਾਡੇ ਸਕੇ ਤਾਈ ਤਾਚੇ ਹੈ ਨਹੀਂ ਕਿ ਹੈ ਗਿਆ ਜੀ ਤਾਇਆ ਜੀ ਉਹ ਕਿੱਥੇ ਹੈਗਾ ਉਹ ਲੁਧਿਆਣੇ ਆ ਜੀ اچھا ਉਹ ਲੁਧਿਆਣੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਕੱਲੇ ਰਹਿੰਦੇ ਹੋ ਉੱਥੇ ਜੀ ਪਤਾ ਨਨ ਜੀ ਉਹਨਾਂ ਨੇ ਕਦੇ ਮਤਲਬ ਉਹਨਾਂ ਨੇ ਵੀ ਕਦੇ ਕੋਈ رابطہ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਉਹ ਆਂਦੇ ਆ ਜੀ ਮਿਲ ਕੇ ਚਲੇ ਜਾਂਦੇ ਆ ਜੀ ਦੋਸਤੋ ਸ਼ਬਦ ਨਹੀਂ ਹੈਗੇ ਬੋਲਣ ਵਾਸਤੇ ਕੋਈ ਮੈਂ ਬਸ ਇਹ ਤੁਸੀਂ ਮੈਂ ਜੋ ਤੁਹਾਨੂੰ ਸੁਣਾ ਚੁੱਕਿਆ ਨਾਨਾ ਵੀ ਹੈਗਾ ਚਲੋ ਮਾਮਾ ਮੰਮੀ ਨੂੰ ਤਾਂ ਆਪਾਂ ਸਾਈਡ ਤੇ ਕਰ ਦਿੰਦੇ ਹਾਂ ਨਾ ਨਾਨਾ ਹੈਗਾ ਕਿਉਂਕਿ ਨਾਨਾ ਇਹਨਾਂ ਦੀ ਮੰਮੀ ਦਾ ਡੈਡੀ ਹੋ ਗਿਆ ਠੀਕ ਹੈ ਇੱਕ ਧੀ ਨੂੰ ਇੱਕ ਪਿਓ ਜਿੰਨਾ ਪਿਆਰ ਕਰਦਾ ਹੁੰਦਾ ਉਹਨਾਂ ਸ਼ਾਇਦ ਮਾਂ ਵੀ ਨਹੀਂ ਕਰਦੀ ਹੁੰਦੀ ਕਿਉਂਕਿ ਧੀ ਅਤੇ ਪਿਓ ਦਾ ਰਿਸ਼ਤਾ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ ਉਹਨੂੰ ਪਤਾ ਹੈ ਕਿ ਮੇਰੀ ਧੀ ਦੇ ਬੱਚੇ ਯਾਨੀ ਮੇਰੇ ਦੋਤੇ ਤੇ ਮੇਰਾ ਦੋਤਾ ਤੇ ਮੇਰੀ ਧੋਤੀ ਹਨਾ ਕੱਲੇ ਰਹਿ ਰਹੇ ਨੇ ਇੱਥੇ ਆ ਕੇ ਕੁਝ ਦਿਨ ਰਹਿੰਦਾ ਵੀ ਆ ਉਸ ਤੋਂ ਬਾਅਦ ਜਦੋਂ ਉਹਨੂੰ ਲੱਗਦਾ ਵੀ ਛੱਤ ਡਿੱਗ ਜੂਗੀ ਉਹ ਇਹਨਾਂ ਨੂੰ ਛੱਡ ਕੇ ਚਲਾ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਤਾਇਆ ਜੀ ਹਨਾ ਉਹ ਵੀ ਹੈਗੇ ਨੇ ਅ ਬਸ ਇਸ ਤੋਂ ਅੱਗੇ ਤਾਂ ਮੈਂ ਕੁਝ ਬੋਲਣਾ ਵੀ ਮੈਂ ਮੈਂ ਤਾਂ ਬੋਲਿਆ ਵੀ ਨਹੀਂ ਜਾਣਾ ਤੁਸੀਂ ਹਾਲਾ ਹਣਾ ਬੱਚਿਆਂ ਦੇ ਦੇਖ ਸਕਦੇ ਹੋ ਇਹ ਇਹ ਸਮਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਪੁੱਤਰ ਪ੍ਰਮਾਤਮਾ ਨੇ ਬਹੁਤ ਵਧੀਆ ਜਿਹੜਾ ਨੇੜੇ ਹੋ ਕੇ ਤੁਹਾਡੀ ਅਰਦਾਸ ਸੁਣੀ ਹੈ ਤੇ ਅਰਦਾਸ ਵਾਲੇ ਤੁਹਾਡੇ ਕੋਲੇ ਪਹੁੰਚੇ ਨੇ ਹੁਣ ਇੱਕ ਵੀ ਤੁਹਾਨੂੰ ਦੁੱਖ ਇੱਕ ਕੰਡੇ ਦਾ ਦੁੱਖ ਵੀ ਨਹੀਂ ਹੋਣ ਵਾਲਾ ਪ੍ਰਮਾਤਮਾ ਨੇ ਤੁਹਾਡੀ ਐਨੀ ਵਧੀਆ ਵਾਂ ਫੜੀ ਹੈ ਤੇ ਗੁਰਪ੍ਰੀਤ ਜੀ ਕੋਈ ਕੁਝ ਵੀ ਬੋਲਦਾ ਰਹੇ ਹਨ ਕਿਸੇ ਦੀ ਪਰਵਾਹ ਨਹੀਂ ਕਰਨੀ ਜੋ ਤੁਸੀਂ ਬੇੜਾ ਚੱਕਿਆ ਨਾ ਹੁਣ ਇਸ ਬੇੜੇ ਨੂੰ ਪਾਰ ਤਾਰ ਕੇ ਹਟਣਾ ਕੀ ਕਹਨੇ ਇਸ ਬਾਰੇ ਦੇਖੋ ਆਪਦੇ ਵੱਲੋਂ ਇਹੀ ਕੋਸ਼ਿਸ਼ ਹੈ ਜੀ ਤੇ ਦੇਖੋ ਅਸੀਂ ਤੁਹਾਡੇ ਵਾਲੀ ਗੱਲ ਵੀ ਅਸੀਂ ਕਿਸੇ ਨੂੰ ਮੂੰਹ ਤਾਂ ਬੰਦ ਨਹੀਂ ਕਰਵਾ ਸਕਦੇ ਹਾਂ ਤੇ ਚਲੋ ਲੋਕਾਂ ਦੇ ਇਹ ਵੀ ਉਂਗਲ ਲੱਟਣਗੇ ਯਾਰ ਕਲੱਬ ਵਾਲੇ ਪੈਸੇ ਖਾ ਗਏ ਉਹ ਤੁਸੀਂ ਉਹ ਫਿਕਰ ਛੱਡੋ ਉਹ ਤਾਂ ਹਰੇਕ ਥਾਂ ਮੇ ਹਰੇਕ ਨੂੰ ਇਹ ਇਲਜ਼ਾਮ ਤਾਂ ਲੱਗਣਗੇ ਜਦੋਂ ਤੁਸੀਂ ਚੰਗਾ ਕੰਮ ਕਰੋਗੇ ਨਾ ਇਹ ਇਲਜ਼ਾਮ ਤਾਂ ਤੁਹਾਨੂੰ ਸਹਣੇ ਪੈਣਗੇ ਇਲਜ਼ਾਮ ਤਾਂ ਲੱਗਣਗੇ ਬਾਕੀ ਤੁਸੀਂ ਜਾਣਦੇ ਹੋ ਤੁਹਾਡਾ ਵੈਗੁਰੂ ਜਾਣਦਾ ਠੀਕ ਆ ਪ੍ਰਮਾਤਮਾ ਸਾਹਿਬ ਇਹ ਨੂੰ ਸਭ ਪਤਾ ਹੈ ਵੀ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਮਨ ਚ ਕੀ ਹੈਗਾ ਉਹ ਸਭ ਦੇਖਦਾ ਠੀਕ ਆ ਜੀ ਫਿਰ ਇਸ ਤੋਂ ਉੱਤੇ ਤਾਂ ਕੋਈ ਵਾਰਡ ਹੀ ਨਹੀਂ ਹੈ ਜੀ ਜੋ ਗੁਰੂ ਸਾਹਿਬ ਜਾਣਦਾ ਫਿਰ ਸਾਨੂੰ ਕਿਸੇ ਨੂੰ ਕੁਝ ਕਹਿੰਨ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਦੇਸੀ ਕਿਉਂ ਹੁੰਦਾ ਜਿਹੜਾ ਆਪਾਂ ਘਰੇ ਕੱਢਦੇ ਆ ਉਹਦੀ ਕਦੇ ਐਡ ਦੇਖੀ ਹੈ ਟੀਵੀ ਤੇ ਨਹੀਂ ਉਹਦੀ ਜ਼ਰੂਰਤ ਨਹੀਂ ਕੰਦੀ ਜ ਜਿਹੜਾ ਚੰਗਾ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਕਹਿੰਦੇ ਹੁੰਦੇ ਨੇ ਵੀ ਸ਼ੇਰ ਨੂੰ ਕੁੱਤਿਆਂ ਦੀ ਦੌੜ 'ਚ ਭੱਜ ਕੇ ਇਹ ਸਾਬਤ ਕਰਨ ਦੀ ਲੋੜ ਨਹੀਂ ਕਿ ਮੈਂ ਸ਼ੇਰ ਆਂ ਉਸ ਪਤਾ ਹੀ ਅਭੂ ਸ਼ੇਰ ਹੈ ਠੀਕ ਹੈ ਜੀ ਗੁਰਪ੍ਰੀਤ ਜੀ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਜਾਣਾ ਵੀ ਹੈ ਬੈਂਕ ਵੀ ਜਿਹੜਾ ਸਾਡੇ ਲਈ ਖੜੇ ਵੀ ਹੋ ਤੇ ਬਹੁਤ ਬਹੁਤ ਸ਼ੁਕਰੀਆ ਪੂਜਾ ਪੁੱਤ ਹੁਣ ਬਿਲਕੁਲ ਟੈਨਸ਼ਨ ਨਹੀਂ ਲੈਣੀ ਠੀਕ ਹੈ ਹੁਣ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਭੈਣ ਭਾਈ ਤੁਹਾਡੇ ਨਾਲ ਖੜੇ ਨੇ ਠੀਕ ਹੈ ਹੁਣ ਤੁਸੀਂ ਇਕੱਲੇ ਨਹੀਂ ਹੈਗੇ ਦੇਖ ਲਓ ਕਿੰਨੇ ਤੁਹਾਡੇ ਭੈਣਾ ਕਿੰਨੇ ਤੁਹਾਡੇ ਭਾਈ ਬਣ ਚੁੱਕੇ ਨੇ ਠੀਕ ਹੈ ਹੁਣ ਬਿਲਕੁਲ ਟੈਨਸ਼ਨ ਨਹੀਂ ਲੈਣੀ ਠੀਕ ਹੈ ਦੋਸਤੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੁੜੇ ਰਹਿਣ ਲਈ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਇੱਥੇ ਤੱਕ ਅਸੀਂ ਪਹੁੰਚੇ ਕਿਉਂਕਿ ਇੱਥੇ ਨਾਲ ਥੋੜਾ ਜਿਹਾ ਭਾਵੁਕ ਹੋਣ ਵਾਲਾ ਜਿਹੜਾ ਦ੍ਰਿਸ਼ ਹੈ ਉਹ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਤੁਸੀਂ ਦੇਖ ਰਹੇ ਹੋ 뮤지컬 ਹੰਡਜ਼ ਰੈਕર્ડ ਚੈਨਲ ਤੇ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਹੰਟਰ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਨਾ। ਦੋਸਤੋ ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ ਸਾਰੇ ਕਮੈਂਟ ਬਾਕਸ ਦੇ ਵਿੱਚ ਸਾਂਝੇ ਜਰੂਰ ਕਰਨੇ। ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਟਾਈਮ ਸਿਰ ਤੁਹਾਨੂੰ ਮਿਲਦੀ ਰਹੇ।